ਜਗਾਏਗਾ ਉਸਨੇ ਜਗਾਏਗਾ ਉਸਨੇ ਠੋਕਰ
ਨਾਲ ਬਲੀ ਪੇਸ਼ ਕੀਤੀ ਹੈ ਇਸ ਦਾਸਾਈ ਦਾ ਪਿਆਰ ਸਦਕਾ। ਫਕੀਰਾਂ ਦੀ ਦੁਨੀਆਂ ਦੇ ਵਿੱਚੋਂ ਬਾਬਾ ਆਨੰਦ ਸ਼ਾਹ ਜੀ, ਬਾਬਾ ਰਾਮ ਲਾਲ ਦਰਬਾਰ ਤੋਂ ਸਹਿਜਾਣੇ ਤੋਂ ਸੇਵਾਦਾਰ ਤੇ ਉਹਦੇ ਨਾਲ ਜਿਹੜਾ ਛੋਟਾ ਪਚੰਗੀ ਫਕੀਰੀ ਦੁਨੀਆਂ ਦੇ ਵਿੱਚ, ਦੇਖੋ ਕਿੰਨੀ ਵਧੀਆ ਗੱਲ ਹੈ। ਨਿਤਿਸ਼ ਮਲਹੋਤਰਾ ਜੀ, ਦਾਦਾ ਜੀ ਕਹਿੰਦੇ ਮੇਰਾ ਨਾਮ ਜ਼ਰੂਰ ਅਨਾਊਂਸ ਕਰਨਾ। ਮੈਂ ਕਿਹਾ ਜੀ ਹੋ ਜਾਏਗਾ, ਮੈਨੂੰ ਕੀ ਫਰਕ ਪੈਂਦਾ। ਬੜੀ ਮਿਹਰਬਾਨੀ ਹੈ ਨਿਤਿਸ਼ ਮਲਹੋਤਰਾ ਜੀ, ਛੋਟਾ ਜਿਹਾ ਬੱਚਾ। ਸਰਦਾਰ ਸਾਹਿਬ ਜੀ ਆਏ ਨੇ, ਵੀਆਈਪੀ ਪਰਸਨੈਲਿਟੀਆਂ ਇੱਥੇ ਆਈਆਂ ਨੇ ਦਾਦਾ ਦੇ ਦਰਬਾਰ ਤੇ ਸ਼ਿਰਕਤ ਕਰਨ ਵਾਸਤੇ। ਸੋ ਅੱਜ ਦਾ ਸਿਹਰਾ ਸਰਕਾਰ ਦਾਤਾ ਚੇਤਨ ਸ਼ਾਹ ਜੀ ਦੇ ਮੁੱਖ ਤੇ ਹੈ, ਜਿਹਨਾਂ ਦੀ ਰਹਿਨੁਮਾਈ ਦੇ ਹੇਠ ਅੱਜ ਦਾ ਪ੍ਰੋਗਰਾਮ ਪੇਸ਼ ਕੀਤਾ ਜਾਏਗਾ। ਦਾਤਾ ਤੂੰ ਨਾ ਕਰੇ ਤੇ ਹੋਰ ਕਰੇ ਕਿਹੜਾ, ਉਹ ਮੇਰੀਆਂ ਸਭੇ ਜ਼ਰੂਰਤਾਂ ਪੂਰੀਆਂ, ਕੀ ਗੁਸਤਾਖ ਹਾਂ ਮੈਂ, ਉਹ ਤੈਥੋਂ ਬਿਨਾ ਹੋਰ ਕਿਨੇ, ਉਹ ਦੇਣੀਆਂ ਨੇ ਮਾਫੀਆਂ, ਉਹ ਮਿਹਰਾਂ ਵਾਲਿਆ ਸੁਰਾ ਜੀ, ਜਥੇਦਾਰ ਚੰਦ ਸਿੰਘ ਜੀ, ਸਰਦਾਰ ਨੈਲ ਸਿੰਘ ਜੀ, ਕਾਕਾ ਜੀ, ਵਿਆਹ ਪ੍ਰਵਾਨ ਕਰਕੇ ਗਏ, ਬਹੁਤ ਬਹੁਤ ਧੰਨਵਾਦ। ਤਹਿਸੀਲ ਦਾ ਛੁਰਾ ਜੀ ਦਾ ਸਨਮਾਨ ਬਾਬਾ ਜੀ ਕਰ ਰਹੇ ਆ। ਆਪਣੇ ਚਰਨ ਸਿੰਘ ਜੀ ਸਿੰਘੜ, ਚੇਅਰਮੈਨ ਮਾਰਕੀਟਿੰਗ ਕਮੇਟੀ, ਸੁੱਖੇ ਭਾਈ ਆਓ, ਸੁੱਖਾ ਢੇਸੀ ਜੀ ਆਓ, ਨਾਲ ਖੜੇ ਹੋ ਇੱਧਰ ਆ ਕੇ, ਉਹਨਾਂ ਦਾ ਵੀ ਸਨਮਾਨ ਕਰਨਾ। ਬਾਬਾ ਨਰਿੰਦਰ ਜੀ ਕਿੱਥੇ ਚਲੇ ਗਏ? ਚਲੋ ਆ ਜਾਣਗੇ ਦੁਬਾਰਾ, ਠੀਕ ਹੈ ਜੀ। ਬਹੁਤ ਬਹੁਤ ਧੰਨਵਾਦ ਇਹਨਾਂ ਦਾ ਜੀ, ਜਿਨ੍ਹਾਂ ਨੇ ਇਸ ਮੇਲੇ ਪਰਮਾਤਮਾ ਕੇ ਬਾਬਾ ਤਲਾਕ ਸ਼ਾਹ ਜੀ ਅੱਗੇ ਬੇਨਤੀ ਕਰਦੇ ਹਾਂ ਕਿ ਹਰ ਸਾਲ ਇੱਦਾਂ ਹੀ ਆਉਂਦੇ ਰਹਿਣ ਅਤੇ ਇਸ ਮੇਲੇ ਦੀ ਰੌਣਕ ਨੂੰ ਵਧਾਉਂਦੇ ਰਹਿਣ।
सम्मान किया है। ताली बजा के जोर दो, क्योंकि दाता के द्वार तो सिर्फ आओ ते पगड़ियां बड़ी मुश्किल दे नाल नसीब होंदियां ने। प्रेम पटोला तैस दिता डाकन को पंत मेरी दाना बिना साई मैंडा सरदार वीआईपी पर्सनैलिटी इतने पहुंचे। धनबाद हाजी ड्यूट जोड़ी परम सत्कार जो पीर दे पीर पीर बाबा तड़ागी शाह जी ने शाही दरबार से अज दे इस सलाना भंडारे ते जिन्नी संगत हाजरी भर रही आ, सब तो पहले मैं सलाम करदा सी चुकाना पीर बाबा तड़ागी शाह जी दे शाही दरबार नूं सलाम करदा सी चुकाना। ये दरबार दे गद्दी नशीन साडे पूजनीक साईं बाबा चेतन शाह जी सलाम करदा सी चुकाना। उहनां दे नाल आसन ते विराजमान साईं तलवार शाह जी, साडे काका जी मानजोग कुकू साहिबपुरी साहब ते जिन्नियां होर रब रूहां महान शख्सियतां महापुरश सारे दे मैं चरणां दे विच सजदा सलाम करदा। सो मेरे गुरु जी हाकम बख्तरी वाला साहब उहनां दे आपां अज दर्शन करांगे। पूरे साडे म्यूजिशियन परिवार नूं मैं सलाम करदा सल्यूट करदा, साउंड वाले वीरां नूं सलाम करदा ते सारी संगत नूं जिकारा पीर बाबा तड़ागी शाह जी दा बोल साचे दरबार की। ਅਸੀਂ ਤਰ ਤੇਰੇ ਆਏ ਹਾਲ ਦਿਲੀ ਤੇ ਸੁਣਾ ਕੱਖੋਂ ਹੋਲਿਆਂ ਨੂੰ ਲੱਖਾਂ ਦੇ ਬਣਾਇਆ ਦਿਲੀ ਦੇ ਸੁਣਾਈ ਅਸੀਂ ਤਾਰੀ ਤੇਰੇ ਆਏ ਹਾਲੀ ਦਿਲੀ ਦੇ ਸੁਣਾਈ ਕੱਖੋਂ ਹੋਲਿਆਂ ਨੂੰ ਲੱਖਾਂ ਦੇ ਬਣਾਇਆ ਹੋਲਿਆਂ ਨੂੰ ਲੱਖਾਂ ਦੇ ਬਣਾਇਆ ਕਿਰੇ ਮੁੱਝ ਫੱਕਰਾਂ ਦੀ ਹੋਲਾ ਵੇਖ ਲੈ ਗੱਡੀ ਦਿਲ ਗਵਾਇਆ ਕਿਰੇ ਮੁੱਝ ਫੱਕਰਾਂ ਦੀ ਤੈਨੂੰ ਵੇਖ ਲੈ ਗੱਡੀ ਦਿਲ ਗਵਾਇਆ ਕਿਰੇ ਮੁੱਝ ਫੱਕਰਾਂ ਦੀ ਹੋ ਗਈ ਉਹਦੀ ਆਸ ਦਾਦਾ ਨਜ਼ਰਾਂ ਸਵੱਲੀਆਂ ਕਰੇ ਦਾਦਾ ਨਜ਼ਰਾਂ ਸਵੱਲੀਆਂ ਕਰੇ ਕਿਉਂ ਨਹੀਂ ਆਸ।
ਸਾਡੀ ਤੇਰੇ ਨਾਲ ਲੱਗੀ ਡੋਰੀ ਤੇਰੇ ਉੱਤੇ ਛੱਡੀ ਸਾਡੀ ਤੇਰੇ ਨਾਲ ਲੱਗੀ ਡੋਰੀ ਤੇਰੇ ਉੱਤੇ ਛੱਡੀ ਕਿਥੋਂ ਦਿਲ ਦਾ ਵੀ ਕੁਝ ਨਹੀਂ ਛੁਪਾਇਆ ਦਿਲ ਦਾ ਵੀ ਕੁਝ ਨਹੀਂ ਛੁਪਾਇਆ ਤੇਰੇ ਮਨ ਫਕਰਾਰੀ ਹੋਰਾ ਵੇਖ ਲੈ ਗੱਡੀ ਦਿਲ ਗਵਾਇਆ ਤੇਰੇ ਮਨ ਫਕਰਾਰੀ ਕਾਹਨੋਂ ਵੇਖ ਲੈ ਗੱਡੀ ਦਿਲ ਗਵਾਇਆ ਤੇਰੇ ਮਨ ਫਕਰਾਰੀ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਇਸ ਮੇਲੇ ਦੀਆਂ ਇਸ ਭੰਡਾਰੇ ਦੀਆਂ ਬਹੁਤ ਬਹੁਤ ਮੁਬਾਰਕਾਂ ਸੋ ਸਿਆਣੇ ਕਹਿੰਦੇ ਨੇ ਕਿ ਭਾਵੇਂ ਕਹਿ ਲੈ ਰਾਮ ਰਾਮ ਭਾਵੇਂ ਕਹਿ ਲੈ ਵਾਹਿਗੁਰੂ ਭਾਵੇਂ ਕਹਿ ਲੈ ਅੱਲਾ ਗੱਲ ਇੱਕੋ ਥਾਂ ਤੇ ਮੁੱਕੇ ਤੇ ਗੱਲ ਇੱਕੋ ਥਾਂ ਸ਼ੁਰੂ ਸੋ ਬਾਬਾ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਣ ਦਾ ਮੌਕਾ ਮਿਲਿਆ ਆਪਣੇ ਆਪ ਨੂੰ ਬਹੁਤ ਖੁਸ਼ਨਸੀਬ ਸਮਝਦੇ ਹਾਂ ਪ੍ਰਣਾਮ ਕਰਦੇ ਹਾਂ ਮਾਤਾ ਜੀ ਸੋ ਤਹਿ ਦਿਲੋਂ ਸ਼ੁਕਰੀਆ ਅਦਾ ਕਰਦੀ ਹਾਂ ਜੀ ਆਪਣੇ ਵੱਡੇ ਵੀਰ ਜੀ ਦਾ ਸੋਮਨਾਥ ਜੀ ਦਾ ਸੋ ਜਿਨ੍ਹਾਂ ਦੀ ਬਦੌਲਤ ਅੱਜ ਮੈਨੂੰ ਵੀ ਇਸ ਦਰਬਾਰ 'ਚ ਸਾਰੀ ਰੱਬ ਵਰਗੇ ਰੂਹਾਂ ਤੁਹਾਡੇ ਚਰਨਾਂ ਵਿੱਚ ਬਾਬਾ ਜੀ ਦੇ ਚਰਨਾਂ ਵਿੱਚ ਸਾਰੇ ਫਕਰਾਂ ਦੇ ਚਰਨਾਂ ਵਿੱਚ ਹਾਜ਼ਰ ਲਵਾਉਣ ਦਾ ਮੌਕਾ ਮਿਲਿਆ ਇੱਕ ਵਾਰੀ ਇਹਨਾਂ ਦੇ ਨਾਲ ਜ਼ੋਰਦਾਰ ਤਾਲੀ ਬਹੁਤ ਬਹੁਤ ਸ਼ੁਕਰੀਆ ਜੈਕਾਰਾ ਕਿ ਸ਼ਾਹ ਜੀ ਦਾ ਬੋਲੀ ਸੱਚੇ ਦਰਬਾਰ ਕੀ ਜੈਕਾਰਾ ਬਾਬਾ ਚੇਤਨ ਸ਼ਾਹ ਜੀ ਦਾ ਬੋਲੀ ਸੱਚੇ ਦਰਬਾਰ ਕੀ ਜੈਕਾਰਾ ਆਪਣੇ ਆਪਣੇ ਗੁਰੂ ਮਹਾਰਾਜ ਦਾ ਬੋਲੀ ਸੱਚੇ ਦਰਬਾਰ ਕੀ ਮੈਂ ਚਾਦਰ ਲੈ ਪਿਰਾ ਤੇਰੇ ਦਰ ਤੇ
सारा साईं चेतन जी मान सम्मान करके गए थैंक यू साईं जी थैंक यू सो मच दरबार बाबा रागी शाह जी असी बाबा चेतन शाह जी के दरबार में आए हाँ जिन्ने महापुरश बैठे ने सारे रब के वजीर ने सारे महात्मावां नूं सारे बजुर्गों सारे फकीरां नूं असी तहे दिलों धन्नवाद करते हैं शुक्र गुजार करते हैं जी सलाम करते हैं साढ़े कुलविंदर शाह कोटी भाजी बहुत अच्छे गायक ने मेरे तो पहले बहुत अच्छे सिंगर ने हाजिरी लाई है धन्यवाद सारे का बहुत बहुत शुक्र गुजार करते हैं तो कुछ टाइम सानू सेवा करने का मौका मिले असं भी थोड़ी सेवा दे विच कुछ ना कुछ जो सानू याद है जरूर पेश करते हैं तो सुनना पहला धार्मिक गीत ਜਾਣੀ ਕਹਿੰਦੇ ਗੁਰੂ ਦਾ ਨਾਮ ਲੈਣਾ ਬਹੁਤ ਜ਼ਰੂਰੀ ਹੁੰਦਾ ਆ ਵਾਹਿਗੁਰੂ ਦੀ ਓਟ ਤੱਕ ਲੈਣੀ ਬਹੁਤ ਜ਼ਰੂਰੀ ਹੁੰਦੀ ਆ ਗੋਰੇ ਕਹੂੰਗੇ ਗੁਰ ਬਾਬਰੇ ਸਵਰਗ ਦੀ ਰੱਖੀਏ ਆਸ ਮਿਊਜ਼ਿਕ ਰੋਕੋ ਵਧੀਆ ਸਾਡੇ ਹਾਕਮ ਭਾਜੀ ਮੇਰੇ ਵੱਡੇ ਗੁਰ ਭਾਈ ਨੇ ਸਾਰਾ ਪਰਿਵਾਰ ਸੰਗੀਤ ਪਰਿਵਾਰ ਮੇਰੇ ਭਾਜੀ ਉਹਨਾਂ ਦਾ ਆ ਵੈਸੇ ਸਾਡੇ ਤਾਰੀ ਭਾਜੀ ਹੁਣੀ ਸਾਡੇ ਨਾਲ ਕਾਫੀ ਆਉਂਦੇ ਜਾਂਦੇ ਆ ਸਾਰਾ ਪਰਿਵਾਰ ਰਲਮਾ ਹੈ ਬੜੀ ਮਿਹਰਬਾਨੀ ਜੇ ਭਾਵ ਜਨ ਗਣਾ ਨੀ ਚੰਦੜੀਏ ਪੜ ਸਤਿਗੁਰ ਦੀ ਬਾਣੀ ਜੇ ਭਾਵ ਜਨ ਗਣਾ ਨੀ ਚੰਦੜੀਏ ਪੜ ਸਤਿਗੁਰ ਦੀ ਬਾਣੀ ਜੇ ਭਾਵ ਜਨ ਗਣਾ ਨੀ ਚੰਦੜੀਏ ਪੜ ਸਤਿਗੁਰ ਦੀ ਬਾਣੀ ਚਾਹੀਦਾ ਹੋਲੇ ਬਲਕੀ ਹੋਵੇ ਨਹੀਂ ਬਲੋਣ
ਮਾਂ ਕਹਿੰਦਾ ਮਾਂ ਕੱਟ ਦੇ ਕੇ ਲੋਕੀ
ਉਹ ਸੱਚੇ ਦਰਬਾਰ ਕੀ ਰਹਿ ਸੁਣਾ ਸਮਸਤਕ ਹੋਏ ਮੇਰਾ ਦਾ ਸਰਕਾਰ ਰਾਗੀ ਸ਼ਾਹ ਜੀ ਦੇ ਦਰਬਾਰ ਤੇ ਸਰਕਾਰ ਦਾ ਤਾਕੀ ਨਤ ਸ਼ਾਹ ਜੀ ਫੜ ਲੈ ਪੰਡਾ ਆਉਂ ਸੇ ਜਲੀਦਾ।
Yeah.
ਸਦਕੇ ਦੇ ਨਾਲ ਕਵਾਲੀ ਪੇਸ਼ ਕੀਤੀ ਹੈ। ਇਸ ਦਾਸਾ ਜੀ ਦਾ ਪਿਆਰ ਸਦਕਾ ਫਕੀਰਾਂ ਦੀ ਦੁਨੀਆਂ ਦੇ ਵਿੱਚੋਂ ਬਾਬਾ ਆਨੰਦ ਸ਼ਾਹ ਜੀ ਬਾਬਾ ਰਾਮ ਲਾਲ ਦਰਬਾਰ ਤੋਂ ਸਹਿਜਾਣੇ ਤੋਂ ਸੇਵਾਦਾਰ ਤੋਂ ਉਹਦੇ ਨਾਲ ਜਿਹੜਾ ਛੋਟਾ ਪਚੰਗੀ ਫਕੀਰੀ ਦੁਨੀਆਂ ਦੇ ਵਿੱਚ ਦੇਖੋ ਕਿੰਨੀ ਵਧੀਆ ਗੱਲ ਹੈ। ਨਿਤਿਸ਼ ਮਲਹੋਤਰਾ ਜੀ ਦਾਦਾ ਜੀ ਕਹਿੰਦੇ ਮੇਰਾ ਨਾਮ ਜ਼ਰੂਰ ਅਨਾਊਂਸ ਕਰਨਾ। ਮੈਂ ਕਿਹਾ ਜੀ ਹੋ ਜਾਏਗਾ ਮੈਨੂੰ ਕੀ ਵਰਤਣੇ ਦਾ। ਬੜੀ ਮਿਹਰਬਾਨੀ ਹੈ ਨਿਤਿਸ਼ ਮਲਹੋਤਰਾ ਜੀ ਛੋਟਾ ਤੇ ਬੱਚਾ ਸਰਦਾਰ ਸਾਹਿਬ ਜੀ ਆਏ ਨੇ ਵੀ ਆਈ ਪੀ ਪਰਸਨੈਲਿਟੀਆਂ ਇੱਥੇ ਆਈਆਂ ਨੇ ਦਾਦਾ ਦੇ ਦਰਬਾਰ ਤੇ ਸ਼ਿਰਕਤ ਕਰਨ ਵਾਸਤੇ। ਸੋ ਅੱਜ ਦਾ ਸਿਹਰਾ ਸਰਕਾਰ ਦਾਤਾ ਚੇਤਨ ਸ਼ਾਹ ਜੀ ਦੇ ਮੁੱਖ ਤੇ ਹੈ ਜਿਹਨਾਂ ਦੀ ਰਹਿਨੁਮਾਈ ਦੇ ਹੇਠ ਅੱਜ ਦਾ ਪ੍ਰੋਗਰਾਮ ਪੇਸ਼ ਕੀਤਾ ਜਾਏਗਾ। ਲਗਾਤਾਰ ਤਿੰਨ ਦਿਨ ਤੋਂ ਪਰਸੋਂ ਤੋਂ ਲੈ ਕੇ ਪ੍ਰੋਗਰਾਮ ਚੱਲ ਰਿਹਾ ਹੈ। ਸੋ ਸਾਡੇ ਕੋਲ ਪਹੁੰਚਣ ਵਾਲੀਆਂ ਮਾਲਟੀਆਂ ਅੱਜ ਦੇ ਸਟਾਰ ਕਲਾਕਾਰ ਦੀ ਦੁਨੀਆਂ ਦੇ ਵਿੱਚੋਂ ਵਰਲਡ ਫੇਮ ਸਟਾਰ ਕਲਾਕਾਰ ਪਹੁੰਚ ਰਹੇ ਨੇ ਜਿਹਨਾਂ ਨੂੰ ਫਸਟ ਵੇ ਵਾਲੇ ਅੱਜ ਦੇ ਕੈਮਰੇ ਵਿੱਚ ਕਵਰ ਕਰ ਰਹੇ ਨੇ। ਸੋ ਨਾਲ ਦੀ ਨਾਲ ਸਿੱਧੂ ਸਟੂਡੀਓ ਵਾਲੇ ਵੀ ਅੱਜ ਦਾ ਨਹੀਂ ਬਲਕਿ ਤਿੰਨ ਦਿਨ ਤੋਂ ਲੈ ਕੇ ਹਰ ਸਾਲ ਮੇਲਾ ਕਵਰ ਕਰਦੇ ਨੇ ਕੈਮਰੇ ਦੇ ਵਿੱਚ। ਫਸਟ ਵੇ ਵਾਲੇ ਟੀਵੀ ਤੋਂ ਪਹੁੰਚੇ ਨੇ, ਧੰਨਵਾਦ ਕਰਦੇ ਹਾਂ। ਹਕਮ ਬਕਤੜੀ ਵਾਲਾ, ਪਾਲੀ ਦੇਤ ਵਾਲੀਆ, ਸਰਫੂ ਸਦੀਕ ਅਤੇ ਬੀਬਾ ਰਣਵੀਰ ਕੌਰ ਜੀ ਅਤੇ ਬੀਬਾ ਹਰਪ੍ਰੀਤ ਮਾਨ ਜੀ, ਇਹ ਕਲਾਕਾਰ ਦੀ ਦੁਨੀਆਂ ਦੇ ਵਿੱਚੋਂ ਇੱਥੇ ਪਹੁੰਚ ਰਹੇ ਨੇ। ਸੋ ਹਾਕਮ ਬਖਤੀ ਵਾਲੇ ਦਾ ਮਿਊਜ਼ਿਕ ਪਰਿਵਾਰ ਪਹੁੰਚ ਚੁੱਕਾ ਹੈ, ਮਜੀਸ਼ੀਅਨ ਪਰਿਵਾਰ ਆਪਣਾ ਆਪਣਾ ਇੰਸਟਰੂਮੈਂਟ ਤੇ ਤਿਆਰ ਕਰ ਰਹੇ ਨੇ। ਸੋ ਕੁਝ ਕਲਾਕਾਰ ਜਿਵੇਂ ਕਿ ਕੇਵਲ ਮੱਟੂ, ਸੁਭਾਸ਼ ਖੋਸਲਾ, ਜਸਪਾਲ ਡਿਊਟ ਚੋਰੀ ਪਹੁੰਚ ਰਹੇ ਨੇ। ਦਾਤਾ ਜੀ ਦੇ ਹੁਕਮ ਅਨੁਸਾਰ ਜਿੰਨੀ ਦੇਰ ਤੱਕ ਉਹ ਫਨਕਾਰ ਕਲਾਕਾਰ ਨਹੀਂ ਪਹੁੰਚਦੇ ਇਹਨਾਂ ਦੇ ਗਰੁੱਪ ਦੇ ਨਾਲ ਇੱਕ ਗੀਤ ਦੇ ਨਾਲ ਇਹ ਹਾਜ਼ਰੀ ਪੇਸ਼ ਕਰਨਗੇ। ਸੋ ਮੈਂ ਗੁਜ਼ਾਰਿਸ਼ ਕਰਾਂਗਾ ਸੁਭਾਸ਼ ਖੋਸਲਾ ਜੀ, ਸਾਡਾ ਸਲਾਮ ਕਰਦੇ ਹਾਂ ਸ਼ਾਹਕੋਟ ਦੀ ਧਰਤੀ ਨੂੰ ਪੀਰਾਂ ਫਕੀਰਾਂ ਦੇ ਨਾਲ। ਸੋ ਫਸਟ ਵੇ ਵਾਲਿਆਂ ਨੇ ਅੱਜ ਦੇ ਪ੍ਰੋਗਰਾਮ ਨੂੰ ਕੈਮਰੇ 'ਚ ਕਵਰ ਕਰਨਾ ਹੈ, ਸਾਡੇ ਵੀਰ ਜੀ ਬਹੁਤ ਧੰਨਵਾਦ ਕਰਦੇ ਹਾਂ ਸਾਰਿਆਂ ਦਾ। ਸੋ ਜ਼ੋਰਦਾਰ ਤਾੜੀਆਂ ਦਾ ਆਨੰਦ ਮਾਰਦੇ ਕਰੋ ਸਾਡੇ ਅਜ਼ੀਜ਼ ਮੇਰੇ ਵੀਰ ਬੀਰਵਾਲ ਜੀ, ਨੂਰ ਮਹਿਲ ਵਾਲੇ ਜਿਹੜੇ ਸਰਫੂ ਸਦੀਕ ਦੇ ਨਾਲ ਸਟੇਜ ਕੰਪੇਅਰਿੰਗ ਕਰਨ ਵਾਸਤੇ ਪਹੁੰਚੇ ਨੇ ਸਾਡੇ ਅਜ਼ੀਜ਼ ਮੇਰੇ ਕੁੜਮ ਸਾਹਿਬ ਨੇ, ਮੈਂ ਉਹਨਾਂ ਦਾ ਇੱਥੇ ਆਇਆਂ ਤੇ ਧੰਨਵਾਦ ਕਰਦਾ ਜੀ। ਸੋ ਆਓ ਖੋਸਲਾ ਜੀ, ਇਸ ਇਲਾਕੇ ਦਾ ਮਾਣ, ਇਸ ਇਲਾਕੇ ਦੀ ਸ਼ਾਨ ਸਾਡੇ ਆਦਰਣੀਏ ਪੂਜੀਏ ਰਿਸਪੈਕਟਡ ਕੁਹਾੜ ਸਾਹਿਬ ਜੀ, ਮੰਤਰੀ ਸਾਹਿਬ ਜਿਹਨਾਂ ਨੇ ਸਾਹਿਬਜ਼ਾਦੇ ਸਰਦਾਰ ਬਹਾਦਰ ਸਰਦਾਰ ਨਾਇਬ ਸਿੰਘ ਜੀ ਕੁਹਾੜ ਸਾਹਿਬ ਮੰਤਰੀ ਸਾਹਿਬ ਜੀ ਦੇ ਲੜਕਾ ਜੀ ਇੱਥੇ ਪਹੁੰਚੇ ਨੇ, ਇੱਥੇ ਆਉਣ ਤੇ ਹਾਰਦਿਕ ਸਵਾਗਤ ਕਰਦੇ ਹਾਂ ਜੀ। ਅਸੀਂ ਮੰਚ ਵੱਲੋਂ ਕਮੇਟੀ ਵੱਲੋਂ ਸਾਡੇ ਦਾਤਾ ਜੀ ਸਰਕਾਰ ਦਾਤਾ ਚੇਤਨ ਸ਼ਾਹ ਜੀ ਦਾ ਰਹਿਮਤ ਪਿਆਰ ਸਦਕਾ। ਸੋ ਸਰਦਾਰ ਬਹਾਦਰ ਸਰਦਾਰ ਚਰਨ ਸਿੰਘ ਜੀ ਚੇਅਰਪਰਸਨ ਬਾਲ ਕਮੇਟੀ ਸ਼ਾਹਕੋਟ, ਤਰਸੇਮ ਦੱਤ ਸ਼ੋਰਾ ਜੀ ਸਾਬਕਾ ਪ੍ਰਧਾਨ ਸਾਹਿਬ ਇੱਥੇ ਪਹੁੰਚੇ ਨੇ, ਮੋਸਟ ਵੈਲਕਮ, ਕੋਟਨ ਕੋਟ ਧੰਨਵਾਦ ਕਰਦੇ ਹਾਂ। ਜਿੰਨੀਆਂ ਪਾਕ ਪਵਿੱਤਰ ਹੋਏ ਇੱਥੇ ਜਾਂ ਵੀ ਆਈ ਪੀ ਪਰਸਨੈਲਿਟੀਆਂ ਪਹੁੰਚਦੀਆਂ ਨੇ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਸੋ ਆਓ ਇੱਕ ਹੀ ਦੇ ਨਾਲ ਖੋਸਲਾ ਸਾਹਿਬ ਜੀ ਹਾਜ਼ਰੀ ਭਰਨਗੇ, ਉਸ ਤੋਂ ਬਾਅਦ ਤਰਸੇਮ ਮੱਠੂ ਜੀ। ਸੋ ਪਾਲੀ ਦੇਤ ਵਾਲੀਆ ਸਾਹਿਬ ਜੀ ਦਾ ਮਜੀਸ਼ੀਅਨ ਪਰਿਵਾਰ ਲੱਗ ਚੁੱਕਾ ਹੈ, ਜਦੋਂ ਮੰਚ ਤੇ ਆ ਗਏ ਆਪਾਂ ਉਦੋਂ ਉਹਨਾਂ ਦੀ ਸ਼ਿਰਕਤ ਕਰਵਾ ਦੇਣੀ ਹੈ ਜੀ। ਹਾਂਜੀ ਹਾਂਜੀ, ਸਭੇ ਜ਼ਰੂਰਤਾਂ ਪੂਰੀਆਂ ਲੋਕੀ ਤੱਕ ਦੇਵ ਗੁਨਾਹ ਮੇਰੇ ਤੇ ਮੈਂ ਤੱਕਦਾ ਰਹਿਮ ਤਾਂ ਤੇਰੀਆਂ ਕੀ ਗੁਸਤਾਖ ਹਾਂ ਮੈਂ ਉਹ ਤੈਥੋਂ ਬਿਨਾਂ ਹੋਰ ਕਿਨੇ ਉਹ ਦੇਣੀਆਂ ਨੇ ਮਾਫੀਆਂ ਉਹ ਮਿਹਰਾਂ ਵਾਲੇ
ਸੇਵਾ ਸੁਰਾ ਜੀ ਜਥੇਦਾਰ ਚੱਤ ਸਿੰਘ ਜੀ ਸਰਦਾਰ ਮਹਿਲ ਸਿੰਘ ਜੀ ਕਾਕਾ ਜੀ ਵਿਆਹ ਤਮਾਨ ਕਰਕੇ ਗਏ ਬਹੁਤ ਬਹੁਤ ਧੰਨਵਾਦ। ਜਥੇਦਾਰ ਅਜੀਤ ਸਿੰਘ ਜੀ ਕੁਹਾੜ, ਸਾਬਕਾ ਕੈਬਨਿਟ ਮੰਤਰੀ ਪੰਜਾਬ ਸਰਕਾਰ ਅਤੇ ਮੌਜੂਦਾ MLA ਸਾਹਿਬਾਨ ਹਰ ਸਾਲ ਮੇਲੇ 'ਤੇ ਆਉਂਦੇ ਆ, ਆਪਣੀ ਹਾਜ਼ਰੀ ਲਵਾ ਕੇ ਜਾਂਦੇ ਆ, ਪਰ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਕਰਕੇ ਅੱਜ ਉਹ ਸਾਡੇ ਵਿੱਚ ਨਹੀਂ ਆ ਸਕੇ, ਪਰ ਫਿਰ ਵੀ ਉਹਨਾਂ ਦੇ ਸਾਹਿਬਜ਼ਾਦੇ ਨੈਬ ਸਿੰਘ ਜੀ ਕੁਹਾੜ ਆਪਣੀ ਹਾਜ਼ਰੀ ਲਵਾਉਣ ਲਈ ਇੱਥੇ ਆਏ ਆ। ਉਹਨਾਂ ਦੇ ਨਾਲ ਮੰਡੀਕਰਨ ਬੋਰਡ ਦੇ ਸਾਬਕਾ ਚੇਅਰਮੈਨ ਚਰਨ ਸਿੰਘ ਜੀ, ਸਿੰਦਰ ਸਾਹਿਬ, ਜਗਦੀਸ਼ ਬੜੈਰਾ ਜੀ ਕੌਂਸਲਰ, ਸੁੱਖਾ ਢੇਸੀ ਜੀ ਅਤੇ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਤਰਸੇਮ ਦਾਸ ਜੀ ਛੁਰਾ ਸਾਹਿਬ, ਜੋ ਸ਼੍ਰੋਮਣੀ ਕਮੇਟੀ ਸ਼੍ਰੋਮਣੀ ਅਕਾਲੀ ਦਲ ਦੇ ਉੱਘੇ ਨੇਤਾ ਵੀ ਆ ਅਤੇ ਨਗਰ ਪੰਚਾਇਤ ਸ਼ਾਹਕੋਟ ਦੇ ਪ੍ਰਧਾਨ ਵੀ ਰਹੇ ਆ, ਸਮਾਜ ਸੇਵਕ ਵੀ ਆ। ਸਾਈਂ ਜੀ ਵੱਲੋਂ ਦਰਬਾਰ ਵੱਲੋਂ ਇਹਨਾਂ ਦਾ ਇੱਥੇ ਪਹੁੰਚਣ 'ਤੇ ਬਹੁਤ ਹੀ ਧੰਨਵਾਦ ਕਰਦੇ ਹਾਂ। ਬੀਬੀ ਨੀਲਮ ਮਲਹੋਤਰਾ ਜੀ, ਬਾਬਾ ਨਿੰਦ ਜੀ, ਇਹਨਾਂ ਦਾ ਵੀ ਨਾਲ ਹੀ ਨਾਲ ਧੰਨਵਾਦ ਆ। ਸਾਈਂ ਜੀ ਵੱਲੋਂ ਹੁਕਮ ਹੋਇਆ ਕਿ ਇਹਨਾਂ ਦਾ ਧੰਨਵਾਦ ਤੁਸੀਂ ਕਰ ਦਿਓ। ਹੁਣ ਸਾਈਂ ਜੀ ਦਾ ਹੁਕਮ ਤਾਂ ਸਿਰ ਮੱਥੇ ਆ, ਕਿਉਂਕਿ ਗੱਲ ਨੂੰ ਨਹੀਂ ਮੋੜਿਆ ਜਾ ਸਕਦਾ ਕਦੀ ਵੀ, ਅਤੇ ਮੈਨੂੰ ਤਾਂ ਇਹ ਸੀ ਕਿ ਸਾਈਂ ਜੀ ਆਪ ਕਰਨ। ਚਲੋ ਜੋ ਵੀ ਮਨਜ਼ੂਰ ਆ, ਜੋ ਵੀ ਸਾਈਂ ਜੀ ਦਾ ਹੁਕਮ ਆ, ਉਹ ਸਿਰ ਮੱਥੇ ਆ। ਇਹਨਾਂ ਸ਼ਖਸੀਅਤਾਂ ਨੂੰ ਸਨਮਾਨਿਤ ਕਰਨਗੇ ਸਾਡੇ ਸਾਈਂ ਚੇਤਨ ਸ਼ਾਹ ਜੀ, ਜੋ ਗੱਦੀ ਨਸ਼ੀਨ ਬਾਬਾ ਕੜਾਗੀ ਸ਼ਾਹ ਜੀ ਦੇ ਦਰਬਾਰ 'ਤੇ ਆ, ਜੋ ਹਰ ਸਾਲ ਇਸੇ ਤਰ੍ਹਾਂ ਦਾ
ਬਹੁਤ ਵੱਡਾ ਮੇਲਾ, ਬਹੁਤ ਵੱਡਾ ਇਕੱਠ ਇੱਥੇ ਹੁੰਦਾ ਵਾ। ਬਹੁਤ ਯਾਨੀ ਕਿ ਲੋਕ ਇੱਥੇ ਪਹੁੰਚਦੇ ਆ, ਮਨੋਕਾਮਨਾ ਹਰ ਇੱਕ ਦੀ ਪੂਰੀ ਹੁੰਦੀ ਆ। ਇੱਕ ਤੁਹਾਨੂੰ ਮੈਂ ਹੋਰ ਗੱਲ ਦੱਸ ਦੇਵਾਂ ਕਿ ਬਹੁਤ ਬੰਦੇ ਮੈਨੂੰ, ਮੈਂ ਇਸ ਦਰਬਾਰ ਦੇ ਨਾਲ ਜੁੜਿਆ ਹੋਇਆ ਵਾਂ ਕਾਫੀ ਅਰਸੇ ਤੋਂ, ਮੈਨੂੰ ਕਾਫੀ ਬੰਦੇ ਇਸ ਗੱਲ ਦਾ ਕਹਿੰਦੇ ਆ ਕਿ ਦਰਬਾਰ ਦੇ ਉੱਤੇ ਇੰਨਾ ਖਰਚਾ ਕਿੱਥੋਂ ਕਰਦੇ ਆ। ਮੈਨੂੰ ਕਈਆਂ ਬੰਦਿਆਂ ਨੇ ਕਿਹਾ ਵੀਰ ਜੀ ਇੰਨੇ ਬੰਦੇ ਤੁਸੀਂ ਇੱਥੇ ਬੈਠੇ ਆ, ਸਾਈਂ ਜੀ ਨੂੰ 10 ਤੋਂ 12 ਸਾਲ ਇਸ ਦਰਬਾਰ ਦੀ ਸੇਵਾ ਕਰਦੇ ਨੂੰ ਹੋ ਗਏ ਆ, ਕੋਈ ਬੰਦਾ ਵੀ ਇੰਨੀ ਉਂਗਲ ਖੜੀ ਕਰਕੇ ਕਹਿ ਦੇਵੇ ਕਿ ਸਾਈਂ ਜੀ ਨੇ ਅੱਜ ਤਾਈਂ ਕਿਸੇ ਕੋਲ 10 ਰੁਪਏ ਦੀ ਪਰਚੀ ਕੱਟੀ ਹੋ। ਇਹ ਰਹਿਮਤ ਆ ਬਾਬਾ ਤਲਾਕੀ ਸ਼ਾਹ ਜੀ ਦੀ ਕਿਰਪਾ ਵਾ ਸਾਈਂ ਜੀ ਤੇ ਸਾਈਂ ਜੀ ਦੇ ਕੋਲ ਜਿਹੜਾ ਵੀ ਆਪਣੀ ਮਰਿਆਦ ਲੈ ਕੇ ਆਉਂਦਾ ਵਾ ਉਹ ਇਹ ਕਹਿੰਦੇ ਆ ਕਿ ਦਰਬਾਰ ਤੇ ਮੱਥਾ ਟੇਕੋ, ਦਰਬਾਰ ਦੇ ਨਾਲ ਜੁੜੋ। ਸਾਈਂ ਜੀ ਨੇ ਕਦੀ ਇੱਕ ਵਾਰੀ ਵੀ ਨਹੀਂ ਕਿਹਾ ਕਿ ਤੁਸੀਂ ਮੇਰੇ ਨਾਲ ਜੁੜੋ। ਸਾਈਂ ਜੀ ਇੱਕ ਸੱਚੇ ਸੇਵਾਦਾਰ ਆ ਤੇ ਆਪਣੀ ਸੇਵਾ ਨਿਭਾਉਂਦੇ ਆ। ਸੋ ਪਰਮਾਤਮਾ ਪੀਰ ਬਾਬਾ ਤੜਾਕੀ ਸ਼ਾਹ ਜੀ ਇਹਨਾਂ ਦੇ ਇੰਨੀ ਕੁ ਰਹਿਮਤ ਕਰਨ, ਹੋਰ ਵੀ ਰਹਿਮਤ ਅੱਗੇ ਹੀ ਬਹੁਤ ਆ ਕਿ ਇਹ ਆਪਣੀ ਸੇਵਾ ਇੱਦਾਂ ਹੀ ਨਿਭਾਉਂਦੇ ਰਹਿਣ। ਸੋ ਮੈਂ ਬੇਨਤੀ ਕਰਦਾ ਸਾਈਂ ਜੀ ਨੂੰ ਕਿ ਜੋ ਸ਼ਖਸੀਅਤਾਂ ਸਾਡੇ ਵਿੱਚ ਆਈਆਂ ਵਾ ਨੈਬ ਸਿੰਘ ਭਾਈ ਨੇ ਜ਼ਰੂਰੀ ਜਾਣਾ ਕਰਕੇ ਉਹਨਾਂ ਦਾ ਸਨਮਾਨ ਕੀਤਾ ਜਾਊਗਾ। ਇਹ ਤੁਹਾਡਾ ਹੀ ਪਰਿਵਾਰ ਆ, ਸਾਰੇ ਤਾੜੀ ਨਾਲ ਸਵਾਗਤ ਕਰੋ ਨੈਬ ਸਿੰਘ ਕੁਹਾੜ ਜੀ ਦਾ, ਜਿਹੜੇ ਆਪਣਾ ਕੀਮਤੀ ਸਮਾਂ ਕੱਢ ਕੇ ਤਹਿਸੀਲ ਦਾ ਛੁਰਾ ਜੀ ਦਾ ਸਨਮਾਨ ਬਾਬਾ ਜੀ ਕਰ ਰਹੇ ਆ। ਆਪਣੇ ਚਰਨ ਸਿੰਘ ਜੀ ਸਿੰਘੜ ਚੇਅਰਮੈਨ ਮਾਰਕੀਟਿੰਗ ਕਮੇਟੀ, ਸੁੱਖੇ ਭਾਈ ਆਓ, ਸੁੱਖਾ ਢੇਸੀ ਜੀ ਆਓ ਨਾਲ ਖੜੇ ਹੋ ਇੱਧਰ ਆ ਕੇ, ਉਹਨਾਂ ਦਾ ਵੀ ਸਨਮਾਨ ਕਰਨਾ। ਬਾਬਾ ਨਰਿੰਦਰ ਜੀ ਕਿੱਥੇ ਚਲੇ ਗਏ? ਚਲੋ ਆ ਜਾਣਗੇ ਦੁਬਾਰਾ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਇਹਨਾਂ ਦਾ ਜੀ ਜਿਨ੍ਹਾਂ ਨੇ ਇਸ ਮੇਲੇ ਦੇ ਵਿੱਚ ਆ ਕੇ ਪਰਮਾਤਮਾ ਕੇ ਬਾਬਾ ਤਲਾਕੀ ਸ਼ਾਹ ਜੀ ਅੱਗੇ ਬੇਨਤੀ ਕਰਦੇ ਆ ਕਿ ਹਰ ਸਾਲ ਇੱਦਾਂ ਹੀ ਆਉਂਦੇ ਰਹਿਣ ਤੇ ਇਸ ਮੇਲੇ ਦੀ ਰੌਣਕ ਨੂੰ ਵਧਾਉਂਦੇ ਰਹਿਣ। ਕਰਦੇ ਨੇ, ਮੈਂ ਕੱਲ ਤੋਂ ਦੇਖਦਾ ਆ ਰਿਹਾ ਹਾਂ, ਬੇਅੰਤ ਮਾਇਆ ਦੇ ਨਾਲ ਮਾਣ ਕਰਦੇ ਨੇ। ਇੱਕ ਜ਼ੋਰਦਾਰ ਤਾੜੀ ਵਾਲੇ ਨੇ ਸਾਰੇ, ਭੈਣੋ ਤਾੜੀ ਮਾਰ ਲਓ, ਬੜੀ ਮਿਹਰਬਾਨੀ ਹੈ। ਸਰਕਾਰ ਦਾਤਾ ਚੇਤਨ ਸ਼ਾਹ ਜੀ ਜਿਹੜੇ ਆਪ, ਦੇਖੋ ਕਿੱਡੀ ਵੱਡੀ ਗੱਲ ਹੈ, ਖੁਦ ਮਿਊਜ਼ਿਕ ਡਾਇਰੈਕਟਰ ਰਹੇ ਨੇ, ਜਾਣਦੇ ਨੇ ਜ਼ਮੀਨ ਤੋਂ ਆਸਮਾਨ ਤੱਕ, ਆਸਮਾਨ ਤੋਂ ਜ਼ਮੀਨ ਤੋਂ ਪਤਾਲ ਤੱਕ ਜਾਣਦੇ ਨੇ, ਸਭ ਸੁਰਾਂ ਦੇ ਕੋਨੇ ਕੋਨੇ ਨੂੰ ਜਾਣਦੇ ਨੇ। ਪਰ ਜਿਹਨਾਂ ਨੂੰ ਫਕੀਰੀ ਲਾਈਨ ਲੱਗ ਗਈ ਹੈ, ਹਾਂਜੀ, ਇਹ ਕੋਈ ਜੱਗ ਤੇ ਨਜ਼ਰ ਨਹੀਂ ਆਵੇ ਜਿਸ ਤੋਂ ਲੈ ਕੇ ਸਾਂ ਉਦਾਰੀ ਰੱਬ ਆਪ ਈਸ਼ਵਰ ਜੀ ਬਣਾਵੇ। ਮਾ
दुनिया दरबार शाह जी ख्वाजा पीर दरबार के सेवादार पहुंचे ने गल करते हैं सुहागम बकड़ी वाला पाली देत वालिया सरफू सदीक बीबा रणवीर कौर जी हरप्रीत पान सरकार कलाकार की दुनिया चंद मिनट तक सब इतने कलाकार पहुंच रहे हैं इस समय बेनती कर जा रहा हूं छोटे के बच्चे को मास्टर स्वागत सिमला जैतो तो मास्टर स्वागत सिमला जैतो तो सो एक प्रोग्राम अंतरराष्ट्रीय योग दिवस दादा जी अंतरराष्ट्रीय योग दिवस मिति 21 जून 2017 के बुधवार सवेरे 5 बजे तो लैके शामी 6:30 बजे तक नवा किला रोड विखे मनाया जा रहा है आप सब
श्रीमान श्री जगदीश वडेरा जी एम सी साहब, श्रीमान श्री जगदीश वडेरा जी एम सी साहब ते सुखा तेसी शाहकोट, बहुत बहुत धन्यवाद करते हैं सारे वालों। गंग से माया प्यार आ रहा है साढ़े काका वीर जी जेडे सामने खड़े ने, कह काका वीर जी शाहकोट तो बोलते बड़े अच्छा ने माइक के विच, धन्यवाद करते हैं। एक जोरदार ताली सुनाओ उस फनकार कलाकार ने ट्यून जोड़ी भी पेश करवाइए जो किसी भी जान पहचान के मोहताज नहीं, बेताज बादशाह जसपाल पाली जसप्रीत शमी जी, प्लीज कम द स्टेज जसपाल पाली जसप्रीत शमी। सुखदीप पाठक साहब जी कलिया के बादशाह बड़ी फिर स्टार जिन्होंने साहबजादे जिन्होंने चेले बिला जी मेरे दोस्त मेरे वीर इतने पहुंचे ने, धनबाद तो इतने पहुंचे ने सरबुस दीप स्टेज को मेरी करने वास्ते, धनबाद करते हैं जी। मैं दीरवल वीर जी का बहुत बहुत धनबाद करता हाँ जी। सो प्लीज कम द स्टेज ट्यून जोड़ी जसपाल पाली जसप्रीत शमी। सम्मान किया है ताली वाले ने जोर क्योंकि दाता के दरबार तो सिर्फ आओ ते पगड़ियां बड़ी मुश्किल दे नाल नसीब होंदिया ने। प्रेम पटोला तय सो दिता राग दे नकोम पंत मेरी दाना बिना साई मैंडा सतगुरु नाम ए फर्स्ट वाले ने भी इत्थे गैर ना कोई दलील होवे इत्थे रिश्वत सिफारिश कोई चलती नहीं, भावे मूसा ते भावे खलील होवे जिहदे फैसला हक विच जाय कीता उहदे उपर ना कोई वकील होवे और वीक मुकदमा क्यों हारे जिहदा तरागीशा जज ते वकील होवे, ओ वीक मुकदमा क्यों हारे जिहदा तरागीशा जज ते वकील होवे, आपे जज आपे वकील ते बोलदी नहीं तेनूं खबर है नहीं किहड़ा विच तेरे पिया बोलदा है, खुलिया आप फिरदा टूडे जग सारा बाग मुर्गियां दे कूड़ा फोलदा है, बड़ा बुझ खावे चाहे कौन तेरे शायद ओयो होवे जेनू टोलदा है, गुले शाहजदानी रब जिथों आपे आवाज मारे आपे बोलदा है क्योंकि पीर फकीरत दरबार तो सम्मान बड़ी मुश्किल नाल नसीब होंदे ने। सो मेरे वीर प्रेस रिपोर्टर साहब जी मेरे तक पहुंचे ने जेडे अज दे इस प्रोग्राम नू वर्ल्ड विच पहुंचाउणगे, धन्नवाद करदे आं इत्थे आउण ते। सो साडे वी काका जी ते होर फनकार वीआईपी पर्सनैलिटीआं ते पहुंचे, धन्नवाद हाजी ट्यूट जोड़ी परम सत्कार जो पीरां दे पीर पीर बाबा तड़ागी शाह जी दे शाही दरबार ते अज दे इस सलाना भंडारे ते जिन्नी संगत हाजरी भर रही आ, सब तो पहला मैं सलाम करदा सीस चुकाना पीर बाबा तड़ागी शाह जी दे शाही दरबार नूं, सलाम करदा सीस चुकाना ए दरबार दे गद्दी नशीन साडे पूजनीक साईं बाबा चेतन शाह जी, सलाम करदा सीस चुकाना उहनां दे नाल आसन ते विराजमान साईं तलवार शाह जी, साडे काका जी मानजोग कुकू साहिबपुरी साहब ते जिन्नियां होर रब रूहां महान शख्सियतां महापुरश सारिआं दे मैं चरणां दे विच सजदा सलाम करदा। सो मेरे गुरु जी हाकम बख्तरीवाला साहब उन्होंने आप अज दर्शन करांगे, पूरे साडे म्यूजिशियन परिवार नूं मैं सलाम करदा सल्यूट करदा, साउंड वाले वीरां नूं सलाम करदा ते सारी संगत नूं जिकारा पीर बाबा तड़ागी शाह जी दा बोल साचे दरबार की। एक बार जोरदार ताड़ियां सच्चियां सरकारां
ਤੜਾਗੀ ਪੀਰ ਜੀ ਬਾਬਾ ਜੀ ਦੇ ਨਾਂ ਤੇ ਆ ਸਾਡੇ ਸਾਈਂ ਸਾਈਂ ਚੇਤਨ ਸ਼ਾਹ ਜੀ ਤੇ ਸਾਈਂ ਤਲਵਾਰ ਸ਼ਾਹ ਜੀ ਤੇ ਹੋਰ ਜਿੰਨੇ ਸੱਚੀ ਤਾਂ ਸਭ ਦੇ ਨਾਂ ਤੇ ਇੱਕ ਵਾਰ ਮਿੱਠੀ ਜੀ ਤਾੜੀ ਦੁਆਰਾ ਫੇਰ ਲਾ ਦੋ ਜੀ ਇੱਕ ਤਾੜੀ ਮੇਰੇ ਗੁਰੂ ਜੀ ਹੱਕ ਵਕਤ ਦੀ ਵਾਰ ਸਭ ਲਈ ਸੋ ਲੋ ਗੱਲ ਕਰੀਏ ਦਾਤੇ ਦੇ ਦਰਬਾਰ ਤੇ ਇੱਕ ਬੜੀ ਖੂਬਸੂਰਤ ਲੈਣ ਤੁਸੀਂ ਅਕਸਰ ਕਲਾਕਾਰਾਂ ਦੀਆਂ ਗੱਡੀਆਂ ਤੇ ਸੰਤਾਂ ਮਹਾਂਤਾਂ ਦੀਆਂ ਗੱਡੀਆਂ ਤੇ ਮਹਾਂਪੁਰਸ਼ਾਂ ਦੀਆਂ ਗੱਡੀਆਂ ਤੇ ਇੱਕ ਬੜੀ ਖੂਬਸੂਰਤ ਲੈਣ ਲਿਖੀ ਦੇਖਦੇ ਹਾਂ ਰਹਿਮਤ ਫਕਰਾਂ ਦੀ ਰਹਿਮਤ ਪੀਰਾਂ ਦੀ ਸੋ ਇਸੇ ਤਰ੍ਹਾਂ ਦਾਤੇ ਦੇ ਦਰਬਾਰ ਦੀ ਗੱਲ ਕਰ ਰਹੀ ਹਾਂ ਮੈਂ ਸਾਡੇ ਰਾਜੂ ਭਾਜੀ ਹੋਰਾਂ ਦਾ ਵੀ ਬਹੁਤ ਧੰਨਵਾਦੀ ਹਾਂ ਤੇ ਸਾਡੇ ਇੱਥੇ ਸਾਰੇ ਢੇਰੇ ਆਏ ਹਾਲ ਤਿਲੇ ਸੁਣਾਏ ਅਸੀਂ ਤਰ ਤੇਰੇ ਆਏ ਹਾਲ ਤਿਲੇ ਤੇ ਸੁਣਾਏ ਕੱਖੋਂ ਹੋਲਿਆਂ ਨੂੰ ਲੱਖਾਂ ਦੇ ਬਣਾਇਆ ਜਦੋਂ ਡੁੱਬ ਚੱਲੇ ਸੀ ਮੱਕੀਆਂ ਸੀ ਆਸਾਂ ਕੌਡੀ ਨਹੀਂ ਭੱਲੇ ਸੀ ਭੁੱਲਦਾਨੀ ਵੇਲਾ ਜਦੋਂ ਡੁੱਬ ਚੱਲੇ ਸੀ ਮੱਕੀਆਂ ਸੀ ਆਸਾਂ ਕੌਡੀ ਨਹੀਂ ਭੱਲੇ ਸੀ ਮੂੰਹ ਮੱਕੇ ਵੱਲ ਪਾਉਂਦੇ ਕਿਹੜਾ ਡੁੱਬਦਾ ਪੀਰਾਂ ਨੇ ਬੰਨੇ ਲਾਇਆ ਡੁੱਬਦਾ ਪੀਰਾਂ ਨੇ ਬੰਨੇ ਲਾਇਆ ਸਰਕਾਰਾਂ ਸਾਈਂ ਬਾਬਾ ਚੇਤਨ ਸ਼ਾਹ ਜੀ ਔਰ ਸਾਡੇ ਸਾਈਂ ਜੀ ਤਲਵਾਰ ਸ਼ਾਹ ਜੀ ਜਿਨ੍ਹਾਂ ਨੇ ਬੜੀਆਂ ਰਹਿਮਤਾਂ ਕੀਤੀਆਂ ਨੇ ਬੜਾ ਆਸ਼ੀਰਵਾਦ ਇੱਕ ਵਾਰੀ ਸਰਕਾਰਾਂ ਦੇ ਨਾਂ ਤੇ ਇਹਨਾਂ ਦੇ ਨਾਂ ਤੇ ਜ਼ੋਰਦਾਰ ਤਾੜੀਆਂ ਲਾ ਦਿਓ ਜੀ ਔਰ ਸਾਡੇ ਵਿਚਕਾਰ ਤਸ਼ਰੀਫ ਲੈ ਕੇ ਆਏ ਨੇ ਮਸਤ ਰਾਮਲਾਲ ਜੀ ਦਰਬਾਰ ਤੋਂ ਸਾਡੇ ਸਾਈਂ ਜੀ
ਬਾਬਾ ਮਹਿੰਦਰ ਸ਼ਾਹ ਜੀ ਤੇ ਉਹਨਾਂ ਦੇ ਨਾਲ ਜਿਹੜੀਆਂ ਹੋਰ ਅਬਰੂਆਂ ਜਿਹੜੀਆਂ ਹੋਰ ਰਿਸਪੈਕਟਡ ਸ਼ਖਸੀਅਤਾਂ ਪਹੁੰਚੀਆਂ ਨੇ ਜੀ ਆਇਆਂ ਕਹਿੰਦੇ ਇੱਕ ਵਾਰ ਜ਼ੋਰਦਾਰ ਤਾੜੀਆਂ ਇਹਨਾਂ ਦੇ ਨਾਤੇ ਵੀ ਲਾ ਦਿਓ ਸਰਕਾਰਾਂ ਦੇ ਨਾਤੇ ਸਾਡੇ ਸਾਈਂਆਂ ਦੇ ਨਾਤੇ ਜ਼ੋਰਦਾਰ ਤਾੜੀਆਂ ਬੜਾ ਆਸ਼ੀਰਵਾਦ ਬੜੀ ਮਿਹਰਬਾਨੀ ਭਾਈ ਥੋੜੀ ਆਵਾਜ਼ ਕਰ ਦੇ ਬੜੀ ਸੁੱਖਾ ਢੇਸੀ ਜੀ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਹਾਂ ਜੋ ਸਿੱਧੂ ਸਾਹਿਬ ਖੜੇ ਨੇ ਉਹਨਾਂ ਦਾ ਵੀ ਬੜੀ ਮਿਹਰਬਾਨੀ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਸਾਡੇ ਸਾਹਮਣੇ ਮਾਨਯੋਗ ਸੱਜਣਾਂ ਨੇ ਉਹਨਾਂ ਨੇ ਵੀ ਆਸ਼ੀਰਵਾਦ ਦਿੱਤਾ ਬੜੀ ਮਿਹਰਬਾਨੀ ਹਾਂਜੀ ਸਾਡੇ ਕਾਕਾ ਸ਼ਾਹ ਜੀ ਉਹਨਾਂ ਨੇ ਵੀ ਆਸ਼ੀਰਵਾਦ ਦਿੱਤਾ ਬੜੀ ਮਿਹਰਬਾਨੀ ਥੈਂਕ ਯੂ ਕੌਡੀ ਨਹੀਂ ਭੱਲੇ ਸੀ ਭੱਲਦਾਨੀ ਵੇਲਾ ਜਦੋਂ ਡੁੱਬ ਚੱਲੇ ਸੀ ਮੁੱਕੀਆਂ ਸੀ ਆਸਾਂ ਕੌਡੀ ਨਹੀਂ ਭੱਲੇ ਸੀ ਜਿਹੜੇ ਪੀਰਾਂ ਨੂੰ ਤੇ ਆਉਂਦੇ ਮੂੰਹੋਂ ਮੰਗੇ ਫਲ ਪਾਉਂਦੇ ਜਿਹੜੇ ਪੀਰਾਂ ਨੂੰ ਤੇ ਆਉਂਦੇ ਮੂੰਹੋਂ ਮੰਗੇ ਫਲ ਪਾਉਂਦੇ ਵੇੜਾ ਡੁੱਬਦਾ ਪੀਰਾਂ ਨੇ ਬੰਨੇ ਲਾਇਆ ਡੁੱਬਦਾ ਪੀਰਾਂ ਨੇ ਬੰਨੇ ਲਾਇਆ ਮੇਰੇ ਵਿੱਚ ਫੱਕਰਾਂ ਦੀ ਹੌਲਾ ਵੇਖ ਲਗਦੀ ਤੇ ਲਿਖਵਾਇਆ ਮੇਰੇ ਵਿੱਚ ਫੱਕਰਾਂ ਦੀ ਗਵਾਇਆ ਮੇਰਾ ਮਤ ਫਕਰਾ ਦੀ ਸਾਡੀ ਤੇਰੇ ਨਾਲ ਲੱਗੀ ਡੋਰੀ ਤੇਰੇ ਉੱਤੇ ਛੱਡੀ ਸਾਡੀ ਤੇਰੇ ਨਾਲ ਲੱਗੀ ਡੋਰੀ ਤੇਰੇ ਉੱਤੇ ਛੱਡੀ ਇੱਥੋਂ ਦਿਲ ਦਾ ਵੀ ਕੁਝ ਨਹੀਂ ਛੁਪਾਇਆ ਦਿਲ ਦਾ ਵੀ ਕੁਝ ਨਹੀਂ ਛੁਪਾਇਆ ਮੇਰੇ ਮਨ ਫਕਰਾ ਦੀ ਹੋਰਾ ਵੇਖ ਲੈ ਗੱਡੀ ਦਿਲ ਗਵਾਇਆ ਮੇਰੇ ਮਨ ਫਕਰਾ ਦੀ ਕਾਹਨੂੰ ਵੇਖ ਲੈ ਗੱਡੀ ਦਿਲ ਗਵਾਇਆ ਮੇਰੇ ਮਨ ਫਕਰਾ ਦੀ ਪੀਰਾਂ ਦੀ ਤਾਂ ਵੇਖ ਲੈ ਗੱਡੀ ਚ ਲਿਖਵਾਇਆ ਤੇਰੇ ਮੁੱਝ ਫੱਕਰਾਂ ਦੀ।